ਨੋਰਾ ਰਿਚਰਡ, ਇੱਕ ਅਜਿਹੀ ਔਰਤ ਜੋ ਵਿਦੇਸ਼ ਦੇ ਐਸ਼ੋ ਆਰਾਮ ਛੱਡ ਕੇ ਭਾਰਤ ਵਿੱਚ ਆ ਵਸੀ ਤੇ ਹਿਮਾਚਲ ਦੇ ਅੰਦਰੇਟਾ ਵਿੱਚ ਇੱਕ ਝੌਂਪੜੀ ਵਿੱਚ ਰਹੀ ਤੇ ਰੰਗਮੰਚ ਨਾਲ ਸਾਰੀ ਉਮਰ ਜੁੜੀ ਰਹੀ। ਆਧੁਨਿਕ ਪੰਜਾਬੀ ਨਾਟਕ ਤੇ ਰੰਗਮੰਚ ਦੀ ਨੀਂਹ ਸ਼੍ਰੀਮਤੀ ਨੋਰਾ ਰਿਚਰਡ ਨੇ ਹੀ ਰੱਖੀ। ਉਹਨਾਂ ਨੂੰ ਪੰਜਾਬੀ ਨਾਟਕ ਤੇ ਰੰਗਮੰਚ ਦੀ ਪ੍ਰੇਰਕ ਤੇ ਨੱਕੜ ਨਾਨੀ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਨੋਰਾ ਰਿਚਰਡ ਦਾ ਸੰਬੰਧ ਆਇਰਲੈਂਡ ਨਾਲ ਹੈ, ਪਰ ਉਹ ਕਈ ਭਾਰਤੀਆਂ ਨਾਲੋਂ ਵੀ ਵੱਧ ਭਾਰਤੀ ਸੀ। ਟੋਲਸਟਾਏ ਤੇ ਗੋਰਕੀ ਜਿਹੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਦੇ ਪੜ੍ਹਦੇ ਵੱਡੀ ਹੋਈ ਨੋਰਾ ਰਿਚਰਡ ਵਿੱਚ ਐਕਟਿੰਗ ਤੇ ਥੀਏਟਰ ਪ੍ਰਤੀ ਰੁਚੀ ਪੈਦਾ ਹੋ ਗਈ ਸੀ। 1910 ਵਿੱਚ ਬਰਤਾਨਵੀ ਹਕੂਮਤ ਨੇ ਉਹਨਾਂ ਦੇ ਪਤੀ ਪ੍ਰੋਫੈਸਰ ਫਿਲਿਪ ਰਿਚਰਡਸ ਨੂੰ ਲਾਹੌਰ ਦੇ ਦਿਆਲ ਸਿੰਘ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਣ ਲਈ ਬੁਲਾਇਆ। ਭਾਰਤ ਵਿੱਚ ਦਿਲਚਸਪੀ ਹੋਣ ਕਰਕੇ 1911 ਵਿੱਚ ਨੋਰਾ ਵੀ ਆਪਣੇ ਪਤੀ ਨਾਲ ਭਾਰਤ ਆ ਗਈ। ਆਇਰਲੈਂਡ ਵਿੱਚ ਉਸ ਸਮੇਂ ਪੀਪਲ ਥੀਏਟਰ ਲਹਿਰ ਚੱਲ ਰਹੀ ਸੀ। ਇਸੇ ਲਹਿਰ ਕਰਕੇ ਨੋਰਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਰੰਗਮੰਚ ਨਾਲ ਜੋੜਨ ਬਾਰੇ ਸੋਚਿਆ। ਉਹਨਾਂ ਨੇ ਵਿਦਿਆਰਥੀਆਂ ਨਾਲ ਨਾਟਕ ਲਿਖਣੇ ਤੇ ਖੇਡਣੇ ਸ਼ੁਰੂ ਕਰ ਦਿੱਤੇ। 1912-13-14 ਤੱਕ ਲਗਾਤਾਰ 3 ਸਾਲ ਨੋਰਾ ਨੇ ਨਾਟਕ ਮੁਕਾਬਲੇ ਕਰਵਾਏ। 1913 ਵਿੱਚ ਨਾਟਕ ਲਿਖਣ ਦੇ ਮੁਕਾਬਲੇ ਵਿੱਚ ਆਈਸੀ ਨੰਦਾ ਵੱਲੋਂ ਲਿਖੇ ਨਾਟਕ ਸੁਹਾਗ ਨੇ ਪਹਿਲਾ ਸਥਾਨ ਹਾਸਲ ਕੀਤਾ, ਜੋ ਕਿ ਬਾਅਦ ਵਿੱਚ 1914 ਵਿੱਚ ਖੇਡਿਆ ਵੀ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਯੁਵਕ ਭਲਾਈ ਵਿਭਾਗ ਦੇ ਸਾਬਕਾ ਨਿਰਦੇਸ਼ਕ ਡਾਕਟਰ ਸਤੀਸ਼ ਕੁਮਾਰ ਵਰਮਾ ਮੁਤਾਬਿਕ ਇਸ ਤਰ੍ਹਾਂ 1913 ਤੋਂ ਆਧੁਨਿਕ ਪੰਜਾਬੀ ਨਾਟਕ ਤੇ 1914 ਤੋਂ ਆਧੁਨਿਕ ਪੰਜਾਬੀ ਰੰਗਮੰਚ ਦੀ ਸ਼ੁਰੂਆਤ ਨੋਰਾ ਰਿਚਰਡਸ ਵੱਲੋਂ ਕੀਤੀ ਗਈ। 1920 ਵਿੱਚ ਪਤੀ ਫਿਲਿਪ ਰਿਚਰਡਸ ਦੀ ਮੌਤ ਤੋਂ ਬਾਅਦ ਨੋਰਾ ਮੁੜ ਵਾਪਸ ਇੰਗਲੈਂਡ ਚਲੀ ਗਈ। ਕੁਝ ਸਮੇਂ ਬਾਅਦ ਨੋਰਾ ਭਾਰਤ ਵਾਪਸ ਆਈ ਤੇ ਹਿਮਾਚਲ ਦੇ ਅੰਦਰੇਟਾ ਵਿਖੇ ਆਪਣੀ ਸਹੇਲੀ ਤੋਂ ਮਿਲੀ ਜ਼ਮੀਨ ਤੇ ਰਹਿਣ ਲੱਗ ਗਈ। ਇੱਥੇ ਉਹਨਾਂ ਵੱਲੋਂ ਵੁੱਡਲੈਂਡ ਸੁਸਾਇਟੀ ਬਣਾਈ ਗਈ ਤੇ ਲਾਹੌਰ ਵਿਚਲੇ ਆਪਣੇ ਸ਼ਾਗਿਰਦਾਂ ਨੂੰ ਇੱਥੇ ਵਸਣ ਦਾ ਸੱਦਾ ਦਿੱਤਾ। ਇਹਨਾਂ ਵਿੱਚ ਪ੍ਰੋਫੈਸਰ ਜੈਦਿਆਲ, ਪ੍ਰਿਥਵੀ ਰਾਜ ਕਪੂਰ, ਆਈਸੀ ਨੰਦਾ, ਬਲਵੰਤ ਗਾਰਗੀ, ਡਾਕਟਰ ਹਰਚਰਨ ਸਿੰਘ ਆਦਿ ਸ਼ਾਮਿਲ ਸਨ। ਪੰਜਾਬੀ ਨਾਟਕ ਦੀ ਪ੍ਰੇਰਕ ਅਤੇ ਪ੍ਰਨੇਤਾ ਸ਼੍ਰੀਮਤੀ ਨੋਰਾ ਰਿਚਰਡਸ ਲਾਹੌਰ ਵਿੱਚ ਸੀ ਅਤੇ ਉਸਦੇ ਪਤੀ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਉਹ ਇਕੱਲੀ ਰਹਿ ਗਈ। ਇੱਕ ਵਾਰ ਇੰਗਲੈਂਡ ਚਲੀ ਗਈ, ਦੁਬਾਰਾ ਫਿਰ ਉਹ ਹਿੰਦੁਸਤਾਨ ਵਾਪਸ ਆਈ। ਉਸ ਵੇਲੇ ਉਸਦੀ ਇੱਕ ਸਹੇਲੀ ਜਿਹਦਾ ਅੰਦਰੇਟਾ ਦੇ ਵਿੱਚ ਇੱਕ ਸਟੇਟ ਸੀ, ਉਹ ਬਾਹਰ ਜਾ ਰਹੀ ਸੀ, ਉਸਨੇ ਉਹ ਸਟੇਟ ਉਹਨੂੰ ਦੇ ਦਿੱਤੀ ਅਤੇ ਉਸਨੇ ਫਿਰ ਪੰਜਾਬ ਦੇ ਵਿੱਚ ਆ ਕੇ, ਉਦੋਂ ਕਿਉਂਕਿ ਹਰਿਆਣਾ ਹਿਮਾਚਲ ਸਾਰਾ ਹੀ ਪੰਜਾਬ ਸੀ, ਅੰਦਰੇਟਾ ਦੇ ਕੋਲ ਜੋ ਉਸ ਸਟੇਟ ਸੀ ਉਹਦੇ ਵਿੱਚ ਆ ਕੇ ਉਸਨੇ ਡੇਰਾ ਲਾਇਆ। ਲਾਹੌਰ ਵਿੱਚ ਉਹ ਆਪਣੇ ਸ਼ਾਗਿਰਦਾਂ ਨੂੰ ਨਾਟਕ ਲਿਖਣਾ ਖੇਡਣਾ ਸਿਖਾਉਂਦੀ ਸੀ, ਜਿਹ 'ਚੋਂ ਕਈ ਸ਼ਾਗਿਰਦ ਅਸਟੈਬਲਿਸ਼ ਹੋ ਚੁੱਕੇ ਸੀ, ਜਿਹਦੇ ਵਿੱਚ ਪ੍ਰੋਫੈਸਰ ਜੈਦਿਆਲ ਸੀ, ਪ੍ਰਿਥਵੀ ਰਾਜ ਕਪੂਰ ਸੀ, ਆਈਸੀ ਨੰਦਾ ਸੀ, ਬਲਵੰਤ ਗਾਰਗੀ ਸੀ, ਹਰਚਰਨ ਸਿੰਘ ਸੀ। ਉਸਨੇ ਫਿਰ ਆਪਣੇ ਸਾਰੇ ਸ਼ਾਗਿਰਦਾਂ ਨੂੰ ਸੱਦਿਆ ਅਤੇ ਆਪਣੀ ਉਸ ਅਸਟੇਟ ਦੇ ਵਿੱਚ ਇੱਕ ਵੁੱਡਲੈਂਡ ਸੁਸਾਇਟੀ ਬਣਾਈ ਅਤੇ ਉਹ ਸੁਸਾਇਟੀ ਬਣਾ ਕੇ ਆਪਣੇ ਸ਼ਾਗਿਰਦਾਂ ਨੂੰ ਕਿਹਾ ਕਿ ਤੁਸੀਂ ਮੇਰੀ ਅਸਟੇਟ ਵਿੱਚ ਇੱਥੇ ਜਗ੍ਹਾ ਲਓ, ਆਪਣੇ ਘਰ ਬਣਾਓ। ਅਤੇ ਬਹੁਤ ਸਾਰਿਆਂ ਨੇ ਆਪਣੇ ਉੱਥੇ ਘਰ ਬਣਾਏ। ਬੀਰ ਸਾਨਿਆਲ ਦਾ ਉੱਥੇ ਘਰ ਹੈ, ਇਸੇ ਤਰ੍ਹਾਂ ਪ੍ਰਿਥਵੀਰਾਜ ਕਪੂਰ ਦਾ ਉੱਥੇ ਘਰ ਸੀ ਅਤੇ ਉਸਨੇ ਉਹੀ ਕੰਮ ਅੰਦਰੇਟਾ ਸ਼ੁਰੂ ਕੀਤਾ ਜੋ ਲਾਹੌਰ ਕਰਦੀ ਸੀ, ਥੀਏਟਰ ਦੀਆਂ ਵਰਕਸ਼ਾਪਾਂ ਲਾਉਣੀਆਂ ਸ਼ੁਰੂ ਕੀਤੀਆਂ। ਸੋ ਪੰਜਾਬੀ ਨਾਟਕ ਉੱਤੇ ਬਹੁਤ ਵੱਡਾ ਅਹਿਸਾਨ ਹੈ ਉਸ ਲੇਡੀ ਦਾ ਜਿਹੜੀ ਆਇਰਲੈਂਡ ਦੀ ਸੀ ਪਰ ਪੰਜਾਬੀ ਜਨ ਜੀਵਨ ਵਿੱਚ, ਭਾਰਤੀ ਜਨ ਜੀਵਨ ਵਿੱਚ ਭਿੱਜ ਸੁੱਕੀ ਸੀ। ਉਹ ਟੋਲਸਟਾਏ ਦੇ
ਲਿਖਤਾਂ ਦੀ ਪ੍ਰਸ਼ੰਸਕ ਸੀ, ਉਸਨੇ ਕੰਟਰੀ ਲਾਈਫ ਦਾ ਕੋਨਸੈਪਟ ਦਿੱਤਾ। ਉਹਦੀ ਪ੍ਰੇਰਣਾ ਨਾਲ ਹੀ ਸੋਭਾ ਸਿੰਘ ਉੱਥੇ ਅੰਦਰੇਟੇ ਪਹੁੰਚਿਆ। ਸੋ ਉਹ ਸਾਡਾ ਜਿਹੜਾ ਸੈਂਟਰ ਹੈ ਅੰਦਰੇਟਾ, ਉਹ ਇੱਕ ਤੀਰਥ ਸਥਾਨ ਬਣ ਚੁੱਕਾ ਹੈ ਜਿੱਥੇ ਹਰ ਪੰਜਾਬੀ ਨੂੰ ਵਿਜਿਟ ਕਰਨਾ ਚਾਹੀਦਾ ਅਤੇ ਪੰਜਾਬੀ ਨਾਟਕ ਰੰਗਮੰਚ ਦੀ ਮੋਢੀ ਨੋਰਾ ਰਿਚਰਡ ਨੂੰ ਸਲਾਮ ਕਰਨਾ ਚਾਹੀਦਾ। ਇੱਥੇ ਵੀ ਨੋਰਾ ਵੱਲੋਂ ਲਾਹੌਰ ਦੀ ਤਰ੍ਹਾਂ ਰੰਗਮੰਚ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। 1962 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਤੋਂ ਬਾਅਦ ਲਾਹੌਰ ਵਿਖੇ ਨੋਰਾ ਦੇ ਸ਼ਾਗਿਰਦ ਰਹੇ ਪ੍ਰੋਫੈਸਰ ਹਰਚਰਨ ਸਿੰਘ 1965 ਵਿੱਚ ਪੰਜਾਬੀ ਵਿਭਾਗ ਦੇ ਮੁਖੀ ਬਣੇ। ਉਹਨਾਂ ਨੇ ਨੋਰਾ ਰਿਚਰਡ ਨਾਲ ਸੰਪਰਕ ਸਥਾਪਿਤ ਕਰਕੇ ਉਹਨਾਂ ਦੀ ਜਾਇਦਾਦ ਪੰਜਾਬੀ ਯੂਨੀਵਰਸਿਟੀ ਨੂੰ ਸੌਂਪਣ ਲਈ ਪ੍ਰੇਰਿਆ। ਪ੍ਰੋਫੈਸਰ ਹਰਚਰਨ ਸਿੰਘ ਦੀ ਪ੍ਰੇਰਣਾ ਸਦਕਾ 1971 ਵਿੱਚ ਆਪਣੀ ਮੌਤ ਤੋਂ ਪਹਿਲਾਂ ਨੋਰਾ ਰਿਚਰਡਸ ਨੇ ਆਪਣੀ ਜਾਇਦਾਦ ਦਾ ਅੱਧਾ ਹਿੱਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸੌਂਪ ਦਿੱਤਾ ਅਤੇ ਬਾਕੀ ਹਿੱਸਾ ਵੁੱਡਲੈਂਡ ਸੁਸਾਇਟੀ ਕੋਲ ਰਿਹਾ। ਇਹਦੇ ਵਿੱਚ ਇੱਕ ਤਾਂ ਸਭ ਨੂੰ ਜਿਹੜੀ ਅਲੱਗ ਗੱਲ ਲੱਗਦੀ ਹੈ ਕਿ ਉਹ ਇੱਕ ਆਇਰਲੈਂਡ ਦੀ ਲੇਡੀ ਸੀਗੀ ਅਤੇ ਲੇਕਿਨ ਉਹ ਪੰਜਾਬੀ ਥੀਏਟਰ ਕਰਵਾਉਂਦੀ ਸੀਗੀ, ਠੀਕ ਹੈ। ਉਹ ਸਭ ਨੂੰ ਲੱਗਦਾ ਕਿ ਡਿਫਰੈਂਟ ਕਿ ਕਿਵੇਂ ਕਰਵਾਉਂਦੀ ਹੋਏਗੀ, ਅਤੇ ਉਹ ਤਾਂ ਚਲੋ ਅਸੀਂ ਉਹਨਾਂ ਨੂੰ ਦੇਖਿਆ ਨਹੀਂ ਹੋਇਆ ਸੀ ਕੀ ਕਹਿ ਸਕਦੇ ਹਾਂ, ਲੇਕਿਨ ਜੋ ਅਸੀਂ ਉਹਨਾਂ ਦੇ ਬਾਰੇ ਪੜ੍ਹਿਆ ਅਤੇ ਸੁਣਿਆ ਆ ਉਹਦੇ ਅਨੁਸਾਰ ਕਿ ਉਹਨੂੰ ਪੰਜਾਬੀ ਥੀਏਟਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਅਤੇ ਪੰਜਾਬੀ ਰੰਗਮੰਚ ਜਿਹੜਾ ਉਸਨੇ ਹੀ ਸ਼ੁਰੂ ਕਰਵਾਇਆ ਸੀਗਾ ਨੋਰਾ ਰਿਚਰਡਸ ਨੇ ਹੀ, ਅਤੇ ਇਸ ਕਰਕੇ ਉਸਨੂੰ ਪੰਜਾਬੀ ਥੀਏਟਰ ਦੀ ਨੱਕਰ ਦਾਦੀ ਜਾਂ ਨੱਕਰ ਨਾਨੀ ਕਹਿੰਦੇ ਨੇ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਡੀਲਿਟ ਦੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਅੰਦਰੇਟਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ICE ਨੰਦਾ ਦੇ ਨਾਮ 'ਤੇ ਇੱਕ ਸੈਂਟਰ ਚਲਾਇਆ ਜਾ ਰਿਹਾ ਹੈ। ਹਰ ਸਾਲ ਯੂਨੀਵਰਸਿਟੀ ਵੱਲੋਂ ਇੱਕ ਨਾਟਕ ਮੇਲਾ ਕਰਵਾਇਆ ਜਾਂਦਾ ਹੈ ਅਤੇ ਕੈਂਪ ਲਗਾਏ ਜਾਂਦੇ ਹਨ। ਥੀਏਟਰ ਅਤੇ TV ਵਿਭਾਗ ਦੀ ਮੁਖੀ ਅਤੇ ਅਦਾਕਾਰਾ ਡਾਕਟਰ ਸੁਨੀਤਾ ਧੀਰ ਅਤੇ ਡਾਕਟਰ ਜਸਪਾਲ ਕੌਰ ਦਿਓਲ ਨੇ ਨੋਰਾ ਰਿਚਰਡਸ ਦੀ ਜ਼ਿੰਦਗੀ ਦੇ ਫਲਸਫੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸੇ ਦੇਸ਼ ਦੀ ਤਰੱਕੀ ਲਈ ਉਸਦੇ ਪੇਂਡੂ ਲੋਕਾਂ ਨੂੰ ਰੰਗਮੰਚ ਤੇ ਸਾਹਿਤ ਨਾਲ ਜੋੜ ਕੇ ਉਹਨਾਂ ਦੀ ਸੱਭਿਆਚਾਰਕ ਸੋਚ ਨੂੰ ਤਿੱਖਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਨੋਰਾ ਰਿਚਰਡ ਦੇ ਸੰਬੰਧ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਮੈਨੂੰ ਲੱਗਦੀ ਹੈ ਉਹ ਇਹ ਹੈ ਵੀ ਉਹ ਇਸ ਸੋਚ ਦੇ ਧਾਰਨੀ ਸੀਗੇ ਕਿ ਜੇ ਕਿਸੇ ਦੇਸ਼ ਨੇ ਵਿਕਾਸ ਕਰਨਾ ਹੈ ਤਾਂ ਉਸਨੂੰ ਆਪਣੇ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੇ ਲੋਕਾਂ ਦੀ ਸੱਭਿਆਚਾਰਕ ਚੇਤਨਤਾ ਜਿਹੜੀ ਉਹਨੂੰ ਤਿੱਖਿਆ ਕਰਨਾ ਚਾਹੀਦਾ। ਇਸੇ ਕਰਕੇ ਉਹ ਹਮੇਸ਼ਾ ਪਿੰਡਾਂ 'ਚ ਰਹੇ, ਭਾਰਤ ਵਿੱਚ ਆ ਕੇ ਵੀ ਅਤੇ ਆਪਣੇ ਦੇਸ਼ ਵਿੱਚ ਵੀ। ਅਤੇ ਉਹਨਾਂ ਦੀ ਜਿਹੜੀ ਕਿਤਾਬ ਹੈ, ਇੱਕ ਉਹਨਾਂ ਨੇ ਕਿਤਾਬ ਲਿਖੀ ਹੈ ਕੰਟਰੀ ਲਾਈਫ ਵਿੱਚੋਂ ਇਸੇ ਗੱਲ ਬਾਰੇ ਸਾਨੂੰ ਜਿਹੜੀ ਵੱਡੇ ਪੱਧਰ 'ਤੇ ਮਤਲਬ ਸਾਡੇ ਤੱਕ ਪਹੁੰਚਦੀ ਹੈ ਉਹਨਾਂ ਦੀ ਜਿਹੜੀ ਸੋਚ ਉਹ ਇਹੀ ਹੈ ਕਿ ਕਿਸੇ ਦੇਸ਼ ਦੀ ਤਰੱਕੀ ਵਾਸਤੇ ਉਸਦੇ ਪੇਂਡੂ ਲੋਕਾਂ ਨੂੰ ਨਾਟਕ ਰਾਹੀਂ, ਸੰਗੀਤ ਰਾਹੀਂ, ਨ੍ਰਿਤ ਰਾਹੀਂ, ਸਾਹਿਤ ਰਾਹੀਂ ਉਹਨਾਂ ਦੀ ਸੱਭਿਆਚਾਰਕ ਚੇਤਨਤਾ ਨੂੰ ਤਿੱਖਿਆ ਕਰਨਾ ਬਣਦਾ ਹੈ, ਤਾਂ ਹੀ ਉਹ ਦੇਸ਼ ਤਰੱਕੀ ਕਰ ਸਕੇਗਾ। ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਇਸੇ ਸੋਚ ਨੂੰ ਸਮਰਪਿਤ ਕਰਤੀ, ਭਾਰਤ ਵਿੱਚ ਵੀ ਆਪਣੇ ਦੇਸ਼ ਵਿੱਚ। ਅੰਦਰੇਟਾ ਸਿਰਫ ਇਸ ਕਰਕੇ ਹੀ ਵਿਕਸਿਤ ਨਹੀਂ ਹੋਇਆ ਕਿਉਂਕਿ ਨਾਟਕ ਗਤੀਵਿਧੀਆਂ ਦਾ ਸੈਂਟਰ ਸੀ, ਸਗੋਂ ਉਸਦੇ ਆਲੇ ਦੁਆਲੇ ਚਿੱਤਰਕਾਰ, ਆਪਣੇ ਬਰਤਨ ਬਣਾਉਣ ਵਾਲੇ, ਪੋਟਰੀ ਬਣਾਉਣ ਵਾਲੇ, ਉਹ ਵੀ ਉਹਦੇ ਆਲੇ ਦੁਆਲੇ ਵਿਕਸਿਤ ਹੋਏ ਅਤੇ ਸੋਭਾ ਸਿੰਘ ਨੇ ਵੀ ਉੱਥੇ ਕਿਆਮ ਕੀਤਾ। ਇੱਥੋਂ ਕਿ ਸਾਡੇ ਬਹੁਤ ਸਾਰੇ ਐਕਟਰ, ਬਹੁਤ ਸਾਰੇ ਜਿਹੜੇ ਸਾਡੇ ਉਸ ਸਮੇਂ ਦੇ ਲੇਖਕ ਆ, ਉਹਨਾਂ ਨੇ ਵੀ ਉਹਦੇ ਆਲੇ ਦੁਆਲੇ ਰਹਿਣਾ ਆਪਣਾ ਨਸੀਬ ਸਮਝਿਆ, ਆਪਣੇ ਭਾਗ ਸਮਝੇ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਨੇ ਨੋਰਾ ਰਿਚਰਡਸ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਪੰਜਾਬੀ ਰੰਗਮੰਚ ਦੀ ਸੇਵਾ ਕਰਦੇ ਹੋਏ ਉਹਨਾਂ ਨੇ ਜੋ ਨਿਵੇਕਲੇ ਕਿਸਮ ਦਾ ਯੋਗਦਾਨ ਦਿੱਤਾ ਉਸਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।
ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਨੋਰਾ ਰਿਚਰਡ ਲੰਮਾ ਸਮਾਂ ਸਾਡੀ ਯੂਨੀਵਰਸਿਟੀ ਨਾਲ ਜੁੜੇ ਰਹੇ ਨੇ। ਇਹ ਵੀ ਮੈਂ ਕਹਿ ਸਕਦਾ ਕਿ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਦਾ ਥੀਏਟਰ ਵਿੱਚ, ਲਿਟਰੇਚਰ ਵਿੱਚ, ਪੰਜਾਬੀ ਸਾਹਿਤ ਵਿੱਚ, ਪੰਜਾਬੀ ਫਿਲਮਾਂ ਵਿੱਚ ਜਿਨ੍ਹਾਂ ਦਾ ਬਹੁਤ ਵੱਡੀ ਭੂਮਿਕਾ ਸੀ, ਉਹ ਨੋਰਾ ਰਿਚਰਡ ਦੀ ਇੱਕ ਲਿਹਾਜ਼ ਨਾਲ ਸ਼ਾਗਿਰਦੀ ਉਹਨਾਂ ਨੇ ਕੀਤੀ ਸੀ। ਮੈਂ ਨਾ ਲਵਾਂ ਤਾਂ ਪ੍ਰਿਥਵੀ ਰਾਜ ਕਪੂਰ ਦਾ ਨਾਂ ਲੈ ਸਕਦਾ ਉਹਨਾਂ ਲੋਕਾਂ ਵਿੱਚ ਜਿਹੜੇ ਕਿਸੇ ਰੂਪ ਵਿੱਚ ਨੋਰਾ ਰਿਚਰਡ ਦੇ ਸ਼ਾਗਿਰਦ ਸਨ। ਪ੍ਰੋਫੈਸਰ ਹਰਚਰਨ ਸਿੰਘ ਹੋਰੀ ਜਿਹੜੇ ਨੇ ਉਹਨਾਂ ਦਾ ਨਾਂ ਲਿਆ ਜਾ ਸਕਦਾ, ਬਲਵੰਤ ਗਾਰਗੀ ਦਾ ਨਾਂ ਲਿਆ ਜਾ ਸਕਦਾ, ਉਹਨਾਂ ਦੇ ਸ਼ਾਗਿਰਦ ਆਈ ਸੀ ਨੰਦਾ ਦਾ ਨਾਂ ਲਿਆ ਜਾ ਸਕਦਾ। ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬੀ ਥੀਏਟਰ ਦੀ ਜਿਹੜੀ ਲੋਕ ਭਾਵਨਾ ਦਾ ਥੀਏਟਰ ਹੈ, ਉਸ ਦੀ ਜੋ ਸੇਵਾ ਨੋਰਾ ਰਿਚਰਡ ਨੇ ਕੀਤੀ ਹੈ, ਉਹਦਾ ਕੋਈ ਕਿਸੇ ਹੋਰ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਬਹੁਤ ਸ਼ਿੱਦਤ ਨਾਲ ਸੋਚ ਕੇ ਮੈਂ ਇਹ ਗੱਲ ਕਹਿ ਸਕਦਾ ਕਿ ਇੱਕ ਕਿਸਮ ਨਾਲ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਅਨਪੈਰਲਲ ਹੈ, ਕਿਸੇ ਨਾਲ ਉਸਦਾ ਮੁਕਾਬਲਾ ਨਹੀਂ ਕੀਤਾ। ਨਿਵੇਕਲੇ ਕਿਸਮ ਦਾ ਕੰਟਰੀਬਿਊਸ਼ਨ ਪੰਜਾਬੀ ਥੀਏਟਰ ਨੂੰ ਮਾਣ ਦੇਣ ਵਾਸਤੇ ਉਹਨਾਂ ਨੇ ਕੀਤਾ ਹੈ, ਪੰਜਾਬੀ ਥੀਏਟਰ ਨੂੰ ਵਧਾਉਣ ਵਾਸਤੇ।